ਬ੍ਰੈਂਪਟਨ ਦੇ ਇੱਕ ਘਰ ਵਿੱਚ ਜੋ ਕੱਲ ਦੋ ਜਣਿਆਂ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਦੇ ਵਿੱਚੋਂ ਜੋ ਪੁਰਸ਼ ਉਸ ਦੀ ਮੌਤ ਹੋ ਗਈ ਸੀ ਉਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਜਨਤਕ ਕੀਤੀ ਹੈ ਜਿਸ ਦੀ ਪਛਾਣ 26 ਸਾਲਾ ਗੁਰਯੋਧ ਸਿੰਘ ਖਟੜਾ ਵਜੋਂ ਹੋਈ ਹੈ ਜਿਸ ਨੇ ਮੌਕੇ ਦੇ ਉੱਤੇ ਦਮ ਤੋੜ ਦਿੱਤਾ ਸੀ ਦਰਅਸਲ ਸਾਲ 2018 ਦੇ ਵਿੱਚ ਬ੍ਰੈਂਪਟਨ ਦੇ ਰਹਿਣ ਵਾਲੇ ਪਵਿੱਤਰ ਸਿੰਘ ਬਾਸੀ ਦਾ ਕਤਲ ਹੋਇਆ ਸੀ ਜਿਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪੰਜ ਜਣਿਆਂ ਨੇ ਪਵਿੱਤਰ ਸਿੰਘ ਬਾਸੀ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ 21 ਸਾਲ ਉਮਰ ਸੀ ਸਾਲ 2018 ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇੱਕ ਗੁਰਯੋਧ ਸਿੰਘ ਖਟੜਾ ਸੀ ਜੋ ਇਸ ਸਮੇਂ ਜ਼ਮਾਨਤ ਦੇ ਉੱਤੇ ਬਾਹਰ ਸੀ ਜਿਸ ਦਾ ਕਿ ਹੁਣ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਮੌਕੇ ਤੋਂ ਇਹ ਜੋ ਤਸਵੀਰ ਦਿਖਾਈ ਗਈ ਹੈ ਗੱਡੀ ਦੀ ਅਜਿਹੀ ਹੀ ਗੱਡੀ ਦੇ ਵਿੱਚ 3 ਜਣੇ ਫਰਾਰ ਹੋਏ ਨੇ ਪੁਲਿਸ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਗੁਰਯੋਧ ਸਿੰਘ ਖਟੜਾ ਦੇ ਨਾਲ ਇੱਕ ਔਰਤ ਦੇ ਵੀ ਗੋਲੀ ਲੱਗੀ ਸੀ ਕੱਲ੍ਹ ਜੋ ਗੋਲੀਆਂ ਚੱਲੀਆਂ ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਡੀ ਦੇ ਵਿੱਚ 3 ਸ਼ੱਕੀ ਵਿਅਕਤੀ ਫਰਾਰ ਹੋਏ ਨੇ ਜਿਨ੍ਹਾਂ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਪੀਲ ਪੁਲਿਸ ਦੇ ਨਾਲ 905-453-2121 ਦੇ ਉੱਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਸਤੰਬਰ 22 ਦੀ ਸ਼ਾਮ ਨੂੰ ਇਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ